मोरा ने पहला बालिया बाबली चामी चामी रोवे तू प्यारो में बाबला तिया तन वे पुराए दी बेन सी सानू दूर ना व्यायो दूरा ने रेपी रखना सिलवारी चो परस च रखना खाके ओथे मैं बंटू नु भेजे सी दारू चक्का ओए मैं मर जा ਵਿਆਹ ਤਾਂ ਉਹਨੇ ਜੱਗੋ ਤੇਰਵੀਂ ਕਰਤੀ ਇਹਦਾ ਮਤਲਬ ਫਿਰ ਉਹੀ ਚੋਰ ਹੈਗਾ ਮੈਂ ਵੀ ਉਹਨੂੰ ਦੇਖਿਆ ਸੀ ਜਦੋਂ ਦਾਰੂ ਅੰਦਰੋਂ ਲੈਣ ਗਿਆ ਸੀ ਮੈਂ ਲੈਣ ਗਈ ਸੀ ਮਾਈਆਂ ਦਾ ਸਮਾਨ ਜਾਂ ਕੁੜੀ ਨੂੰ ਬਿਠਾਉਣ ਉਹ ਤਾਂ ਨਾ ਐਂ ਕਰਕੇ ਕੁਛ ਲੁਕੋਈ ਜਾਂਦਾ ਸੀ ਮੈਨੂੰ ਤਾਂ ਲੱਗਦਾ ਭੈਣੇ ਉਹਨੇ ਕੱਲਾ ਬਟੂਆ ਟੂ ਮਾਰ ਕੱਢ ਲਿਆ ਪਰਸ ਚੋਂ ਫਿਰ ਉਹ ਭਾਈ ਸਾਰਾ ਦਿਨ ਬਾਹਰ ਅੰਦਰ ਹੀ ਤੁਰਿਆ ਫਿਰਦਾ ਵਿਆਹ ਦੇ ਦਿਨ ਦੇ ਥੋੜੇ ਮਾੜਾ ਮੋਟਾ ਕੋਈ ਉਹਨੂੰ ਲੱਗ ਗਈ ਸੱਦ ਲਿਆਉਂਦਾ ਮੈਂ ਉਹਨੂੰ ਕਹੇ ਨਾ ਗੰਡਾ ਗੁੰਡਾ ਦੇ ਆਉਂਦਾ ਹੋ ਉਹ ਗੰਡਾ ਕੀ ਕਰਾਉਣੇ ਬਾਪੂ ਹੁਣ ਗੰਡਾ ਦਾ ਕਿਹੜਾ ਕੰਮ ਗਿਆ ਤੂੰ ਕਾਰਡ ਮੈਨੂੰ ਵਟਸਐਪ ਤੇ ਸੈਂਡ ਕਰ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਸੈਂਡ ਕਰ ਦਿੰਦਾ ਅੱਛਾ ਤੈਨੂੰ ਕਾਰਡ ਫਿਰ ਸਾਰੇ ਰਿਸ਼ਤੇਦਾਰਾਂ ਨੂੰ ਸੈਂਡ ਕਰਦਾ ਫਿਰ ਰਿਸ਼ਤੇਦਾਰ ਨੂੰ ਐਂ ਕਹਿੰਦੇ ਵੀ ਭਾਈ ਫੋਟੋ ਭੇਜ ਦਿਓ ਆਉਣ ਦੀ ਵੀ ਲੋੜ ਨਹੀਂ ਯਾਰ ਬਾਪੂ ਤੂੰ ਹੁਣ ਉਹੀ ਗੱਲਾਂ ਪੁਰਾਣੀਆਂ ਚੱਕੀ ਫਿਰ ਮੇਰੀ ਗੱਲ ਸੁਣ ਨਾ ਮੇਰੀ ਜਿਹੜਾ ਇਹ ਪ੍ਰੋਗਰਾਮ ਹੈ ਰੀਤ ਹੈ ਜਿਹੜੀ ਪੁਰਾਣੀ ਮੈਂ ਤਾਂ ਉਹੀ ਕਰੂੰਗਾ ਤੇਰੇ ਵਿਆਹ ਵੀ ਉਹੀ ਕਰੀਏ ਕੁੜੀ ਦੇ ਵਿਆਹ ਵੀ ਉਹੀ ਕਰੂੰਗਾ ਤੇ ਤੂੰ ਆਪਦੇ ਮੁੰਡੇ ਕੁੜੀਆਂ ਦੇ ਵਿਆਹ ਯਾਰ ਤੇਰਾ ਚਿੱਤ ਮੰਦਾ ਕਰੀਏ ਤੇ ਮੈਨੂੰ ਇਹ ਵਿਰਸਾ ਮੇਰਾ ਨਫਲਾ ਹੁਣ ਉਹਨਾਂ ਬਰਾਤ ਵੀ ਕਹੇ ਬਈ ਗੱਡਿਆਂ ਤੇ ਲਿਆਉਣਗੇ ਗੱਡਿਆਂ ਤੇ ਲਿਆਉਣ ਉਹਨਾਂ ਦੀ ਮਰਜ਼ੀ ਸੀ ਉਹ ਉਹਨਾਂ ਦਾ ਵਿਰਸਾ ਜਾਂ ਮੇਰਾ ਵਿਰਸਾ ਮੈਂ ਕਰਨਾ ਸੁਣ ਗਿਆ ਗੱਲ ਓ ਯਾਰ ਬਾਪੂ ਤੂੰ ਟਿਕ ਜਾ ਕਰ ਚੰਗਾ ਓ ਕੁੜੀਆਂ ਮੈਨੂੰ ਚਾਹ ਵੀ ਘੁੱਟ ਪਿਆ ਦੇ ਤੁਸੀਂ ਘਬਰਾਉਣਾ ਜੀ ਮੈਂ ਤੁਹਾਨੂੰ ਚਾਹ ਕਰਕੇ ਦੇ ਚਾਹ ਵੀ ਘੁੱਟ ਦੇ ਮੈਂ ਹੀ ਕਹਿੰਦਾ ਜਾਂਦਾ ਜਿਹੜਾ ਇਹ ਤਾਂ ਹੈਗਾ ਇਹ ਜਾ ਨਹੀਂ ਬਾਪੂ ਜੀ ਮੈਂ ਕਿਹਾ ਹੁੰਦੀ ਜੀ ਤਾਂ ਕੋਈ ਨਹੀਂ ਤੂੰ ਕੀ ਜੇ ਤੁਰੀ ਫਿਰੇਂਗੀ ਵੀਰਾ ਤੂੰ ਮੈਨੂੰ ਚਾਹ ਦੀ ਘੁੱਟ ਕਰ ਤੇ ਮੈਂ ਉੱਥੇ ਬਹਿਣਾਗਾ ਆਹੋ ਦੇਖ ਲੈ ਗੱਲਾਂ ਕਰਦਾ ਬਾਪੂ ਦੇਖੀ ਵੀਰਾ ਤਾਂ ਨਾ ਬਾਪੂ ਨਾਲ ਉਹ ਨਹੀਂ ਲੜਦਾ ਰਹਿੰਦਾ ਮਾੜੇ ਜਿਹੇ ਪਿੱਛੇ ਬਾਪੂ ਦਾ ਬਲੱਡ ਵੱਜ ਜਾਂਦਾ ਬਾਪੂ ਜੀ ਦਾ ਤਾਂ ਬਲੱਡ ਵਧਣਾ ਹੀ ਹੈ ਬਾਪੂ ਰੀਤੀ ਰਿਵਾਜਾਂ ਦੇ ਨਾਲ ਜੁੜਿਆ ਹੋਇਆ ਬੰਦਾ ਹੈ ਤੇਰਾ ਵੀਰੇ ਨੂੰ ਤਾਂ ਅੱਜ ਕੱਲ ਦੇ ਟਸ਼ਨੇ ਮਸ਼ਨੇ ਆਉਂਦੇ ਆ ਜਿਵੇਂ ਬਾਪੂ ਜੀ ਕਹਿੰਦੇ ਆ ਨਾ ਉਵੇਂ ਮੰਨਣਾ ਚਾਹੀਦਾ ਬਾਪੂ ਜੀ ਤਾਂ ਐਂ ਕਹਿੰਦੇ ਵੀ ਲੱਗਾਂ ਦੇ ਹੱਥੀ ਮੈਂ ਗੰਢ ਭੇਜਾਂ ਬਾਪੂ ਤਾਂ ਕਹਿੰਦਾ ਸੀ ਮੈਂ ਤਾਂ ਆਪਦੇ ਵਿਰਸੇ ਦੇ ਹਿਸਾਬ ਨਾਲ ਵਿਆਹ ਕਰੂੰਗਾ ਤੇਰਾ ਬਾਪੂ ਜੀ ਦੇ ਹਿਸਾਬ ਨਾਲ ਹੀ ਚੱਲਾਂਗੇ ਹੁਣ ਜਿੰਨਾ ਆਪਾਂ ਆਪਦੇ ਵਿਰਸੇ ਤੋਂ ਪਿਛੜਦੇ ਜਾਂਦੇ ਉਨੇ ਲੋਕ ਦੁਖੀ ਹੁੰਦੇ ਆ ਐਂ ਤਾਂ ਹੈਗਾ ਮੈਨੂੰ ਤਾਂ ਐਂ ਲੱਗਦਾ ਨਾ ਇਹ ਤਾਂ ਕਿਤੇ ਆਈ ਨਾ ਲੜੀ ਜਾਣ ਸਾਰੇ ਨਹੀਂ ਲੜਦੇ ਨਹੀਂ ਤੂੰ ਨਾ ਟੈਨਸ਼ਨ ਲੈ ਤੇਰੇ ਵਿਆਹ ਦੇ ਦਿਨ ਨੇੜੇ ਆ ਤੂੰ ਇਹੋ ਜਿਹੀ ਕੁੜੀਆਂ ਨੂੰ ਇਹੋ ਜਿਹੀਆਂ ਟੈਨਸ਼ਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਬਾਕੀ ਰਹਿ ਗਈ ਬਾਪੂ ਜੀ ਦੀ ਗੱਲ ਬਾਪੂ ਜੀ ਜਿਵੇਂ ਆਪਾਂ ਨੂੰ ਕਹੂਗਾ ਰੀਤੀ ਰਿਵਾਜਾਂ ਦੇ ਮੁਤਾਬਕ ਹੀ ਚੱਲਾਂਗੇ ਤੇ ਹੁਣ ਰੀਤੀ ਰਿਵਾਜ ਕੌਣ ਪਿਛਲੇ ਤਾਂ ਸਾਰੇ ਭੁੱਲ ਗਏ ਉਹ ਤਾਂ ਹੈਗਾ ਭਾਬੀ ਬਾਪੂ ਨੂੰ ਤਾਂ ਸਾਰਾ ਕੁਝ ਹੀ ਯਾਦ ਆ ਨਾ ਬਾਪੂ ਤਾਂ ਭੁੱਲਦਾ ਨਹੀਂ ਲਾਗੀਆਂ ਦੇ ਹੱਥੀ ਵਿਆਹ ਦੀ ਗੰਢ ਭੇਜੂਗਾ ਤੇ ਆਪਾਂ ਤਾਂ ਉਵੇਂ ਕਰਾਂਗੇ ਤੇਰਾ ਵੀਰਾ ਤਾਂ ਵਟਸਐਪ ਤੇ ਭੇਜ ਦੂਗਾ ਵਟਸਐਪ ਤੁਹਾਨੂੰ ਕੌਣ ਜਾਣਦਾ ਅਗਲਾ ਉਵੇਂ ਸਲਾਮੀ ਉੱਤੇ ਵਟਸਐਪ ਤੇ ਭੇਜ ਦੂ ਉਹ ਤਾਂ ਹੈਗਾ ਅੱਜ ਕੱਲ ਵਟਸਐਪ ਤੋਂ ਕੌਣ ਆਉਂਦਾ ਸੱਦੇ ਤੋਂ ਅਗਲਾ ਕਹਿੰਦਾ ਸਾਡੇ ਘਰੇ ਨਹੀਂ ਆਏ ਅਸੀਂ ਕਿਉਂ ਆਈਏ ਤਾਂਹੀਓ ਤਾਂ ਰੀਤੀ ਰਿਵਾਜਾਂ ਦੇ ਮੁਤਾਬਕ ਜੇ ਆਪਾਂ ਚੱਲਾਂਗੇ ਮੋਹ ਪ੍ਰੇਮ ਵੀ ਖਤਮ ਹੁੰਦਾ ਜਾਂਦਾ ਜੇ ਹੁਣ ਮੋਹ ਪ੍ਰੇਮ ਬਣੂਗਾ ਆਪਾਂ 2-4 ਮਿੰਟ ਬੰਦੇ ਕੋਲੇ ਬੈਠਾਂਗੇ ਕੋਈ ਦੁੱਖ ਸੁੱਖ ਦੀ ਗੱਲ ਕਰਾਂਗੇ ਰੀਤੀ ਰਿਵਾਜਾਂ ਦੇ ਮੁਤਾਬਕ ਚੱਲਾਂਗੇ ਉਨੇ ਸੌਖੇ ਰਵਾਂਗੇ ਚੰਗਾ ਭਾਬੀ ਤੂੰ ਚਾਹ ਬਣਾ ਲਾ ਮੈਂ ਮਾੜਾ ਜਿਹਾ ਉਧਰੋਂ ਝਾੜੂ ਪੋਚਾ ਕਰ ਨਾ ਤੂੰ ਨਾ ਹੁਣ ਝਾੜੂ ਪੋਚਾ ਕੱਢ ਤੇ ਮੈਂ ਆਪੇ ਕਰ ਲੂੰਗੀ ਕੰਮ ਬਾਪੂ ਜੀ ਦੇ ਮੁਤਾਬਕ ਹੀ ਚੱਲਾਂਗੇ ਆਪਦੇ ਰੀਤੀ ਰਿਵਾਜ ਥੋੜੀ ਭੁੱਲਣੇ ਆ ਭਾਈ ਹੋ ਗਏ ਚਿੱਠੀਆਂ ਸਾਰੀਆਂ ਤਿਆਰ ਹਾਂਜੀ ਬਾਪੂ ਜੀ ਤਿਆਰ ਆ ਜੀ ਚਿੱਠੀਆਂ ਅੱਛਾ ਕਿਰਪਾ ਸਾਰਿਆਂ ਦੀਆਂ ਪਾਤੀਆਂ ਹਾਂਜੀ ਸਾਰਿਆਂ ਦੀਆਂ ਪਾਤੀਆਂ ਜੀ ਤੇ ਖੰਮਣੀ ਬੰਨਤੀ ਤੇ ਚਿੱਠੀਆਂ ਸਾਰੀਆਂ ਆਪਣੀਆਂ ਤਿਆਰ ਆ ਜੀ ਬਸ ਠੀਕ ਆ ਫਿਰ ਉਹ ਅਸ ਇਧਰੋਂ ਬਾਡੇੜਾ ਤੁਰਜੂ ਆਹੋ ਆਪਣੀ ਪਹਿਲੀ ਸਕਰੀਟ ਆਏ ਜਾ ਕੇ ਤੇ ਇੱਧਰ ਹੀ ਆ ਕੇ ਆਪੇ ਆ ਜੂ ਕਿਹੜੇ ਨਾਲ ਠੀਕ ਆ ਬਾਪੂ ਜੀ ਸ਼ੁਰੂਆਤ ਕਰਨੀ ਦੀ ਆ ਜੂਗਾ ਮਾਰ ਸਾਹਿਬ ਨਹੀਂ ਜਾ ਕੇ ਉਹ ਤੇ ਲਾਗੀ ਕਰਨੀ ਜਾਇਆ ਜੀ ਹਾਂ ਲਾਗੀ ਕਰਨੀ ਮੈਂ ਜਾਣਾ ਬਸ ਉਹਨੂੰ ਮੈਂ ਹੁਣ ਕਹਿੰਦਾ ਵੀ ਆ ਜਾ ਭਾਈ ਹੁਣੀ ਆ ਜਾ ਠੀਕ ਆ ਬਾਪੂ ਠੀਕ ਆ ਠੀਕ ਆ ਜੀ ਵੀ ਤੁਹਾਡਾ ਕੰਮ ਤਿਆਰ ਹੈਗਾ ਉਹ ਮੈਨੂੰ ਕੱਲਾ ਹੀ ਕਹਿੰਦਾ ਸੀ ਕਹਿੰਦਾ ਵੀ ਤੜਕੇ ਤਿਆਰ ਰੱਖੋ ਮੈਂ ਤੜਕੇ ਬਸ ਜਿਹੜਾ ਲੈ ਕੇ ਸੁਨੇਹਾ ਤੁਰ ਜਾ ਕਹਿੰਦਾ 4-5 ਰਿਸ਼ਤੇਦਾਰੀਆਂ ਚ ਹੱਥ ਨੂੰ ਫੜਾਉਂਗਾ ਇੱਕ ਤਾਏ ਜੀ ਕੇ ਘਰੇ ਸੁਨੇਹਾ ਦੇ ਦਿੰਦੇ ਜੀ ਵੀ ਤਾਈ ਵੀ ਆ ਜਾਂਦੀ ਉਹਨਾਂ ਦੇ ਵੀ ਚਿੱਠੀ ਫੜਾ ਕੇ ਆਵਾਂਗੇ ਚਿੱਠੀ ਤਾਂ ਫੜਾ ਕੇ ਆਵਾਂਗੇ ਜੀ ਨਾਲੇ ਫਿਰ 5 ਦਿਨ ਪਹਿਲਾਂ ਗੀਤ ਵੀ ਗਾਉਣ ਲੱਗਾਂਗੇ ਤਾਈ ਜੀ ਦੀ ਰਾਏ ਲੈ ਲੂਗੇ ਉਹ ਕੰਮ ਹੁੰਦਾ ਜਿਹੜਾ ਗੀਤ ਗਾਉਣ ਨੂੰ ਬੁੜੀਆਂ ਨੂੰ ਕਹਿੰਦਾ ਤਾਂ ਕਹਿ ਕੇ ਤੁਸੀਂ ਕਿ ਮੈਂ ਉਹਨਾਂ ਨੂੰ ਆਪ ਘਰੇ ਜਾ ਕੇ ਕਹਿ ਕੇ ਆਉਂਗਾ ਬੁੜੀਆਂ ਨੂੰ ਜਿਹੜਾ ਗੀਤ ਗਾਉਣ ਨੂੰ ਕਹਿੰਦਾ ਤੁਸੀਂ ਕਹਿ ਕੇ ਆਇਓ ਠੀਕ ਹੈ ਹਾਂ ਇੱਕ ਬਾਪੂ ਜੀ ਨਾਲੇ ਉਹ ਤਾਈ ਜੀ ਕਨੀ ਜਾਇਆ ਵੀ ਚੁੱਲ੍ਹੇ ਵੀ ਪਾਉਣੇ ਆ ਦੂਜੀ ਉਹਦੇ ਕੈਲੋ ਉਹ ਕਹਿੰਦਾ ਕੈਲੋ ਬੁੜੀ ਨੂੰ ਆਊਗੀ ਉਹ ਠੀਕ ਹੈ ਜੀ ਆਹ ਉਹ ਪਾ ਦੂਗਾ ਆਪੇ ਠੀਕ ਹੈ ਹਾਂ ਬਸ ਉਹ ਉਹਦਾ ਸਰਸਾ ਲੱਗ ਰੋ ਤੁਸੀਂ ਉਧਰ ਦਾ ਜਿਹੜਾ ਕੰਮ ਹੈ
ਉਹ ਮੈਂ ਆਪੇ ਕਰ ਲਿਆ ਪਹਿਲਾਂ ਮੈਨੂੰ ਵੀ ਇਹ ਕੰਜਰ ਜਾਊਗਾ ਪਰ ਇਹਨੇ ਕਾਹਦਾ ਜਾਣਾ ਸੀ ਮੈਂ ਆਪ ਹੀ ਉਹਦਾ ਕੰਮ ਨਿਬੇੜਦਾ ਸਾਰਾ ਚੱਲ ਜਿਹੜੇ ਤੁਹਾਡੇ ਕਰਨ ਵਾਲੇ ਕੰਮ ਹੈ ਬਾਪੂ ਜੀ ਉਹ ਤਾਂ ਫਿਰ ਤੁਹਾਨੂੰ ਹੀ ਕਰਨੇ ਪੈਣਗੇ ਕੋਈ ਨੀ ਬਸ ਮੈਂ ਹੁਣ ਮੁੰਡੇ ਨੂੰ ਸੱਦ ਲਿਆ ਵੱਜ ਕੇ ਤੇ ਤੁਸੀਂ ਆਪਦਾ ਚਾਹ ਦੀ ਘੁੱਟ ਬਣਾ ਕੇ ਰੱਖੋ ਆ ਕੇ ਪੀ ਕੇ ਚਾਹ ਤੁਰ ਜਿਓ ਠੀਕ ਹੈ ਬਾਪੂ ਜੀ ਚੱਲ ਲੈ ਆ ਤਾਂ ਮੇਰਾ ਹੋ ਗਿਆ ਕੰਮ ਹੁਣ ਮੈਂ ਤਿਆਰੀ ਕਰਾਂ ਮਿੱਟੀ ਭਿਉਂ ਕੇ ਰੱਖਾਂ ਫਿਰ ਚੂਰਾਂ ਤੇ ਚੁੱਲ੍ਹੇ ਵੀ ਬਣਾਉਣੇ ਆ ਉਹ ਚੱਲ ਚੰਗਾ ਪੁੱਤ ਮੈਂ ਤਾਂ ਤੇਰੇ ਕਿ ਨਹੀਂ ਜਾਂਦਾ ਤੂੰ ਆ ਗਿਆ ਸ਼ਾਬਾਸ਼ ਤੇਰੀ ਹੈਪੀ ਜਾ ਹਿਦਾਇਆ ਕਰੇ ਅੱਛਾ ਫੇਰ ਤਾਂ ਕੋਹ ਨਾ ਕੋ ਕੰਮ ਦਾ ਕਰਿਆ ਚੱਲ ਸ਼ਾਬਾਸ਼ ਤੇਰੀ ਚੱਲ ਮੈਂ ਤਾਂ ਪੁੱਤ ਤੈਨੂੰ ਇਹੀ ਕਹਿੰਦਾ ਕਿ ਮੇਰਾ ਚਿੱਠੀਆਂ ਦਾ ਕੰਮ ਨਿਬੇੜ ਗਿਆ ਉਹ ਤਾਂ ਫੜਾ ਨਾ ਹੂੰ ਵਧੀਆ ਤੁਸੀਂ ਚਿੱਠੀਆਂ ਵਾਲਾ ਕੰਮ ਤਾਂ ਕੋਈ ਕਰਦਾ ਨਹੀਂਗਾ ਹੁਣ ਤੇ ਵਧੀਆ ਪੁਰਾਣਾ ਵਿਰਸਾ ਸੰਭਾਲ ਲਿਆ ਅਸੀਂ ਤਾਂ ਪੁੱਤ ਇਹ ਲੋੜ ਸੀ ਕਰਾਂਗੇ ਨਾਲੇ ਲਾਗੀ ਲਪਾ ਆਸ ਕਰਦਾ ਹੁੰਦਾ ਫਲਾਣੇ ਦੇ ਵਿਆਹ ਹੈ ਵੀ ਆਪਾਂ ਨੂੰ ਕੋਈ 2 ਰੁਪਏ ਬਣਨਗੇ ਉਥੋਂ ਉਹਨਾਂ ਦੀ ਵੀ ਇੱਛਾ ਪੂਰੀ ਕਰਨੀ ਹੁੰਦੀ ਹੈਗੀ ਸੋਹਣੀ ਗੱਲ ਆ ਵਧੀਆ ਧੰਨਵਾਦ ਤੁਹਾਡਾ ਸਾਨੂੰ ਵੀ ਯਾਦ ਕਰਿਆ ਚੱਲ ਹੋ ਗਿਆ ਐਂ ਕਰਾ ਹੁਣ ਇੱਥੇ ਗੱਲਾਂ ਜਿਆਂ ਦਾ ਮਰੀਆ ਤੇ ਆ ਚਾਹ ਦੀ ਘੁੱਟ ਪੀ ਤੇ ਤੁਰ ਤੇ ਹੋਤਾ ਆ ਪੈਸੇ ਪੂਸੇ ਫਿਰ ਓਏ ਪੈਸੇ ਵੀ ਤੈਨੂੰ ਦੇ ਕੇ ਤੁਰੂਗਾ ਪਹਿਲੇ ਹੀ ਪੈਸੇ ਪੂਸੇ ਤੈਨੂੰ ਸਗਣ ਇੱਥੋਂ ਹੋਣ ਲੱਗ ਜਾਣਗੇ ਕਿਰਾਇਆ ਕਰੂ ਇਹ ਤਾਂ ਚਾਹੀਦਾ ਕਿਹੜਾ ਕਿਹੜਾ ਤੈਨੂੰ ਕਰੂ ਸਗਣ ਦੇ ਕੇ ਤੁਰੂ ਕਿਰਾਇਆ ਦੇ ਕੇ ਤੁਰੂ ਆ ਜਾ ਚੱਲ ਠੀਕ ਮਾਂ ਹਾਂ ਪੁੱਤ 500 ਰੁਪਿਆ ਦੇ ਦੇ ਕੀ ਕਰਨਾ ਤੂੰ 500 ਰੁਪਿਆ ਉਹ ਕੁਛ ਨਹੀਂ ਮਾਨਸਾ ਜਾ ਕੇ ਆਉਣਾ ਮੇਰੇ ਯਾਰ ਦੋਸਤ ਦੇ ਨਾਲ ਤੇ ਫਿਰ ਜੇਬ 'ਚ ਪੈਸੇ ਤਾਂ ਹੋਣੇ ਚਾਹੀਦੇ ਆ ਤੂੰ ਤਾਂ ਨਾ ਮਾਨਸਾ ਨਹੀਂ ਤੇ ਇਥੋਂ ਤਾਂ ਲੋਟ ਆਉਂਦਾ ਤੇਰੇ ਤਾਏ ਕੇ ਵਿਆਹ ਹੈਗਾ ਨਾਲੇ ਉਧਰ ਹੱਥ ਪਟਾ ਨਹੀਂ ਤਾਂ ਤੇਰੇ ਤਾਏ ਨੇ ਗੁੜਗੜ ਦੇ ਗੱਟੇ ਲਿਆਏ ਜਿਹੜੇ ਉਹ ਕਿਸੇ ਭਾਂਡੇ 'ਚ ਪਾ ਕੇ ਰੱਖ ਲਓ ਹਨਾ ਗਿੱਲਾ ਸਿੱਲਾ ਜਾ ਹੋ ਜਾਂਦਾ ਹੈਗਾ ਤੇ ਨਾਲੇ ਉਹ ਦਾਲ ਦੂਲ ਦਰਾਈ ਬੈਠਿਆ ਸੁੱਕਣੀ ਪਾਈ ਬੈਠਿਆ ਉਹ 'ਚ ਵੰਡ ਵੀ ਚੁਗਣੇ ਆ ਹਜੇ ਉਹ ਮੇਰੀ ਗੱਲ ਸੁਣ ਲੈ ਨਾ ਤਾਂ ਕੋਈ ਕਹਿਣ ਆਇਆ ਕਰੇ ਉਹ ਹੈਪੀ ਦਾ ਸਿੱਧੇ ਮੂੰਹ ਨਹੀਂ ਬੁਲਾਉਂਦਾ ਹੈਗਾ ਤੂੰ ਕਹਿੰਦੀ ਆ ਕੇ ਉਹਨਾਂ ਨਾਲ ਕੰਮ ਕਰਾ ਦੇ ਜਾ ਕੇ ਲੈ ਆਪਦੇ ਨਾ ਕੰਮ ਸੱਦੇ ਤਾਂ ਨਹੀਂ ਜਾਈਦਾ ਹੁੰਦਾ ਕੰਮ ਤੈਨੂੰ ਨਹੀਂ ਪਤਾ ਹੁਣ ਵੀ ਆਪਾਂ ਸਰੀਕੇ 'ਚ ਕਿਵੇਂ ਕੰਮ ਕਰਦੇ ਹੁੰਦੇ ਹੈਗੇ ਲੈ ਫੇਰ ਵੀ ਅਗਲਾ ਮਾੜਾ ਮੋਟਾ ਤਾਂ ਕਹਿੰਦੀ ਇਹ ਕਰੇ ਆ ਕੇ ਭਈ ਵਿਆਹ ਕਰੇ ਕੰਮ 'ਚ ਹੱਥ ਪਟਾਓ ਮੈਨੂੰ ਤਾਂ ਸਾਰਿਆਂ ਨੇ ਕਿਹਾ ਹੈਗਾ ਹੱਥ ਪਟਾਉਣ ਵਾਲੀ ਕਿਹੜੀ ਗੱਲ ਹੈ ਸਾਰਾ ਮੂਹਰੇ ਲੱਗ ਕੇ ਕਰੋ ਆ ਜਗਤਾਰ ਕਿਵੇਂ ਤੁਰਿਆ ਹੁੰਦਾ ਇਹਨੂੰ ਕੀ ਕੰਮ ਪੈ ਗਿਆ ਇੱਧਰ ਹੋਰ ਤਾਂ ਹੀ ਤਗੜੀਆਂ ਹਾਂ ਤਗੜੀਆਂ ਭਾਈ ਕੀ ਹਾਲ ਆ ਬਈ ਜਗਤਾਰ ਵਧੀਆ ਵਧੀਆ ਹੋਰ ਠੀਕ ਆ ਭਾਈ ਹਾਂ ਵਧੀਆ ਵਧੀਆ ਤੇ ਉਹ ਸੀਗਾ ਆਪਣਾ ਬੰਤ ਕੇ ਨਾ ਵਿਆਹ ਹੈਗਾ ਅੱਛਾ ਤਾਏ ਕੇ ਹਾਂ ਉਹ ਚਿੱਠੀਆਂ ਫੜਾਉਣ ਆਇਆ ਸੀਗਾ ਲੈ ਮਾ ਓਏ ਚਿੱਠੀਆਂ ਵੰਡਦੇ ਫਿਰਦੇ ਉਹ ਇਹ ਰਿਵਾਜ ਆ ਇਹ ਰਿਵਾਜ ਹੁੰਦਾ ਚਿੱਠੀ ਨਿਉਂਦਣ ਆਏ ਆਪਾਂ ਨੂੰ ਇਹ ਚੱਲ ਅੱਛਾ ਜਿਵੇਂ ਮੈਨੂੰ ਐ ਸੀ ਵੀ ਮੈਂ ਕਹੀ ਜਾਂਦੇ ਵੀ ਕਹਿਣ ਆਇਆ ਕਹਿ ਉਹ ਨਿਉਂਦਦੇ ਹੁੰਦੇ ਆ ਚੁੱਲ੍ਹੇ ਨਿਉਂਦ ਫੇਰ ਹੁੰਦੀ ਹੁੰਦੀ ਆ ਅੱਛਾ ਅੱਛਾ ਹਾਂ ਤੂੰ ਤਾਂ ਹੁਣ ਨਵੇਂ ਰਿਵਾਜਾਂ 'ਚ ਭੱਜਿਆ ਫਿਰਦੇ ਹੋਗੇ ਇਹ ਪੁਰਾਣਾ ਰਿਵਾਜ ਆ ਚੰਗਾ ਭਾਈ ਫੜਾ ਕੀ ਕਿਹੜਾ ਕਾਰਡ ਆਇਆ ਚਿੱਠੀ ਹੈ ਤਾਂ ਪੁਰਾਣੇ ਜ਼ਮਾਨੇ ਦੀ ਆ ਲਓ ਲਿਆ ਉਹ ਤਾਇਆ ਕਿੰਨਾ ਕੰਜੂਸ ਆ ਹਨਾ ਮੱਥੇ ਨਾਲ ਲਾ ਲਾ ਕੰਜੂਸ ਨਹੀਂ ਹੁੰਦੇ ਇਹ 'ਚ ਲਾ ਤਾਂ ਮੱਥੇ ਨਾਲ ਕਾਰਡ ਨਹੀਂ ਛਪਾ ਸਕਦੇ ਸੀ ਦੱਸ ਮੈਂ ਦੱਸਾਂ ਤੈਨੂੰ ਜਦੋਂ ਬੁੜੀ ਪੇਕੀ ਵਿਆਹ ਲੈ ਕੇ ਜਾਂਦੀ ਹੈ ਨਾ ਅੱਛਾ ਐ ਕਰਕੇ ਮਾਮਾ ਝੋਲੀ 'ਚ ਪਵਾਉਂਦਾ ਹੁੰਦਾ ਵਿਆਹ ਅੱਛਾ ਹਾਂ ਸਾਗਨ ਹੁੰਦਾ ਇਹ ਪਰ ਮੈਨੂੰ ਤਾਂ ਮਾਂ ਪਤਾ ਨਹੀਂ ਸੀ ਇਹ ਰਵਾਜਾਂ ਦਾ ਆਹਾ ਵਸਾਰ ਲਾ ਕੇ ਚਿੱਠੀ ਇਹ ਵਿਆਹ ਦੀਆਂ ਚਿੱਠੀਆਂ ਹੁੰਦੀਆਂ ਅੱਛਾ ਇਹ ਤਾਂ ਹੁਣ ਤਾਂ ਵੀ ਸਮਝ ਲੱਗ ਗਏ ਕਾਰਡ ਛਪਾਉਣ ਹਾਂ ਹਾਂ ਪੁਰਾਣਾ ਰੱਖਦੇ ਵੀਰਾ ਤਾਂ ਇਹ ਹੈ ਠੀਕ ਆ ਐਂ ਗੱਲਬਾਤ ਲੈ ਤੁਸੀਂ ਕਰੋ ਗੱਲ ਵਧੀਆ ਬਾਈ ਨਾਲੇ ਸਾਡੇ ਵਰਗਿਆਂ ਨੂੰ ਕੰਮ ਮਿਲ ਜਾਂਦਾ ਕੰਮ ਨਾ ਮਤਲਬ ਕੰਮ ਬੰਦ ਹੋ ਗਿਆ ਸੀ ਹਾਂ ਹਾਂ ਲੈ ਤੁਸੀਂ ਕਰੋ ਗੱਲ ਨਾ ਤੇ ਮੈਂ ਲਿਆਣਾ ਤੇਰੇ ਵਾਸਤੇ ਠੀਕ ਹੈ ਮੈਂ ਜਾਣਾਗਾ ਤਾਂ ਹੀ ਛੇਤੀ ਕੋਈ ਨਹੀਂ ਕੋਈ ਨਹੀਂ ਬਹਿ ਜਾ ਹੋਰ ਵੀ ਜਾਣਾਗਾ ਉਹ ਚਾ ਕੋਈ ਨਾ ਬਾਗ ਜੀ ਹੋਰ ਵੀ ਕੰਮ ਧੰਦੇ ਫਿਰ ਬਸ ਤੈਨੂੰ ਪਤਾ ਹੀ ਹੈ ਯਾਰ ਫਸਲਾਂ ਬਾੜੀ ਦਾ ਤੈਨੂੰ ਪਤਾ ਹੀ ਹੈ ਬੁਰਾ ਹਾਲ ਆ ਮੈਂ ਤਾਂ ਮਾਂ ਨਾਲ ਗੱਲਾਂ ਕਰੀ ਜਾਂਦਾ ਮੈਂ ਕਿਹਾ ਵਿਆਹ ਵਾਸਤੇ ਆਏ ਨਹੀਂਗਾ ਚੱਲ ਤੂੰ ਆ ਗਿਆ ਕਹਿਣ ਵਧੀਆ ਇਹ ਤਾਂ ਤੇ ਹੋਰ ਵਧੀਆ ਬਸ ਸਾਡਾ ਕੰਮ ਤੈਨੂੰ ਪਤਾ ਹੁੰਦਾ ਠੱਪੀ ਆ ਦਿਹਾੜੀ ਥੋੜੀ ਵਗ ਜਾਂਦੇ ਹੁਣ ਤਾਂ ਯਾਰ ਹਾਂ ਇਹ ਵੀ ਤੇਰੀ ਗੱਲ ਸਹੀ ਹੈ ਲੈ ਆ ਵਧੀਆ ਇਹਨਾਂ ਨੇ ਇਹ ਰਿਵਾਜ ਚਲਾ ਦੇਣ ਹਮ ਆਪਣਾ ਸਾਡਾ ਵੀ ਕੰਮ ਚੱਲ ਮੱਥੇ ਨਾਲ ਲਾ ਲਾ ਸਾਡੇ ਘਰ ਤੋਂ ਸਟਾਰਟ ਕਰਿਆ ਸਾਰਾ ਕੁਝ ਮੈਂ ਤਾਂ ਸਾਰਾ ਕੁਝ ਮੂਰੇ ਲੱਗ ਕੇ ਕਰੂੰਗੀ ਗੀਤ ਗੂਤ ਸਾਰੇ ਕੁੜੀ ਨੂੰ ਮਾਂਜੇ ਬਿਠਾਵਾਂਗੇ ਤੇ ਉਹਨਾਂ ਨੂੰ ਕਹਿਦੀ ਬੇਸੰਸ ਹੋ ਜਾਓ ਕੋਈ ਨਾ ਤਾਂ ਇਹ ਲਾਂਬਾ ਨਾ ਦਵਾ ਦੇ ਕਿਤੇ ਆ ਲੱਗਦੇ ਫੜਾ ਕੇ ਨਹੀਂ ਆਏ ਨਹੀਂ ਨਹੀਂ ਉਹ ਕਿੱਥੇ ਜਾਣਾ ਚਾਹ ਦੀ ਘੁੱਟ ਤਾਂ ਪੀਂਦਾ ਹੈ ਮੈਂ ਕਹਾ ਵੀ ਜਾਣਾ ਹੁਣ ਵਾਲੇ ਘਰਾਂ 'ਚ ਜਾਣਾ ਮੈਂ ਤਾਂ ਹਲੇ ਚੱਲ ਮਰਜ਼ੀ ਹੈ ਭਰਾਵਾ ਤੇਰੀ ਚਲੋ ਚੰਗਾ ਤਾਈ ਕੋਈ ਨਹੀਂ ਕੋਈ ਠੀਕ ਹੈ ਲੈ ਪਹੁੰਚਣ ਤੇ ਨਾਲੇ ਹੁਣ ਨਾ ਤੂੰ ਜਾ ਕੰਮ ਧੰਦਾ ਕਰਾ ਆਪਣੇ ਘਰ ਤੋਂ ਸਟਾਰਟ ਕਰਿਆ ਅਗਲੇ ਨੇ ਵਿਆਹ ਪਹਿਲਾਂ ਤੇ ਆਪਾਂ ਨੂੰ ਨਿਉਂਦ ਕੇ ਗਏ ਆ ਪੁੱਤ ਉਹ ਆਖੇ ਤੋਂ ਨਹੀਂ ਜਾਈਦਾ ਹੁੰਦਾ ਚੱਲ ਕੋਈ ਗੱਲ ਨਹੀਂ ਫਿਰ ਐਂ ਕਰਦਾ ਮੈਂ ਲੰਘਦਾ ਟੱਪ ਜਾਂ ਪੁੱਛ ਦੇ ਨਾ ਕੋਈ ਕੰਮ ਹੋਇਆ ਤਾਂ ਕਰ ਜਾਊਗਾ ਲੈ ਵਿਆਹ ਵਾਲੇ ਘਰੇ ਉਹੀ ਨਿਆਣੇ ਵਾਲੀਆਂ ਗੱਲਾਂ ਵਿਆਹ ਵਾਲੇ ਘਰੇ ਕੰਮ ਨਹੀਂ ਹੁੰਦੇ ਚੱਲ ਫਿਰ ਮੈਂ ਤਾਂ ਜਾਣਾ ਹਾਂ ਜਾ ਕੱਲੀਆਂ ਬੋਦੀਆਂ ਨਾ ਪੋਚੀ ਜਾਓ ਕੰਮ ਕਰੋ ਮੂਰੇ ਲਾ ਕੇ ਕੁੜੀ ਦਾ ਵਿਆਹ ਹੈਗਾ ਅਣੇ ਕਰਿਓ ਅਣੇ ਕੌਣ ਹੈ ਲੈ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਨੇ ਵਧੀਆ ਤੁਸੀਂ ਦੱਸੋ ਠੀਕ ਹੋ ਵਧੀਆ ਠੀਕ ਠਾਕ ਮੈਨੂੰ ਤਾਂ ਨਾ ਭੈਣ ਨੇ ਫੋਨ ਕਰਕੇ ਦੱਸਤਾ ਸੀ ਵੀ ਆਪਾਂ ਤਾਂ ਪੁਰਾਣੇ ਜਵਾਨ ਦੇ ਵਾਂਗੂ ਚਿੱਠੀਆਂ ਭੇਜਾਂਗੇ ਹਾਂ ਮੈਂ ਚਿੱਠੀ ਫੜਾਉਣੀ ਆਇਆ ਸੀ ਚੱਲ ਵਧੀਆ ਹੋਇਆ ਹਾਂ
ਨਾਲੇ ਗੇੜੇ ਲਾਉ ਪਿੰਡ ਚਾਰ ਦਿਨ ਨਾਲੇ ਤਿੰਨ ਚਾਰ ਸੂਟ ਬਣਾਉਂਗੀ ਚੱਲ ਗੇਟ ਵੀ ਲਾ ਹੀ ਆਵਾ ਲੈ ਉਹ ਵੀ ਨਹੀਂ ਕੋਈ ਆਉਂਦਾ ਯਾਰ ਨਾਲੇ ਤਾਂ ਦੋ ਟਾਲੀਆਂ ਰੇਤੇ ਨਹੀਂ ਲਿਆਉਂਦੇ ਨਾਲੇ ਹੋਰ ਕੰਮ ਕਰਨੇ ਸੀ ਕਿਵੇਂ ਇਕੱਲਾ ਹੀ ਬੋਲੀ ਜਾਂਦਾ ਆਪਦੇ ਆਪ ਤੁਸੀਂ ਆਉਣਾ ਨਹੀਂ ਹੁੰਦਾ ਯਾਰ ਉਹ ਯਾਰ ਹੁਣ ਆਪਦੀ ਆਪ ਹੀ ਕਾਹਦੇ ਵਾਸਤੇ ਲੜੀ ਜਾਂਦਾ ਇੰਨੇ ਕੰਮ ਆ ਯਾਰ ਤੁਹਾਨੂੰ ਪਤਾ ਨੀ ਬੰਟੂ ਬਾਈ ਕੰਮ ਕਰਾਉਣੀ ਆ ਦੱਸ ਕੀ ਕੰਮ ਕਰਨੇ ਆ ਪੰਜ ਘੰਟੇ ਤੱਕ ਕਣਕ ਦੇ ਭਰ ਲੈ ਅੱਛਾ ਆਟੇ ਤੈਨੂੰ ਪਤਾ ਹੁਣ ਵਿਆਹ ਚ ਚਾਹੀਦਾ ਹੋਊਗਾ ਇਹ ਤਾਂ ਗੱਲ ਤਿੰਨ ਰੇਤੇ ਦੀਆਂ ਟਰਾਲੀਆਂ ਲਿਆਉਣੀਆਂ ਹੁਣੀ ਲਿਆਉਣੀਆਂ ਹੁਣੀ ਲਿਆਉਣੀਆਂ ਯਾਰ ਹੋਰ ਕਦੋਂ ਲਿਆਵੇਂਗਾ ਉਹ ਯਾਰ ਮੈਂ ਨਾ ਕੱਪੜੇ ਵੀ ਨਹੀਂ ਬਦਲ ਕੇ ਮੈਂ ਤਾਂ ਮਾਨਸਾ ਜਾਂਦਾ ਸੀ ਯਾਰ ਯਾਰ ਤੈਨੂੰ ਐ ਨਹੀਂ ਪਤਾ ਮੈਂ ਪਜਾਮਾ ਕੁੜਤਾ ਪਾ ਲਿਆ ਮੈਂ ਯਾਰ ਪਤਾ ਸੀ ਮੈਨੂੰ ਮਾਣੇ ਮੈਨੂੰ ਕਿਹਾ ਸੀ ਮੈਨੂੰ ਐ ਹੋਊਗਾ ਮਾੜਾ ਮੋਟਾ ਕੰਮ ਹੋਊਗਾ ਚੱਲ ਮੈਂ ਮਾਨਸਾ ਜਾ ਕੇ ਆ ਕੇ ਕਰਾ ਦੂੰਗਾ ਐ ਤਾਂ ਪਤੀ ਹੁੰਦਾ ਯਾਰ ਬੰਟੂ ਵੀ ਵਿਆਹ ਦੇ ਘਰੇ ਕੰਮ ਹੀ ਹੁੰਦੇ ਆ ਚੱਲ ਛੱਡ ਯਾਰ ਮਾਨਸਾ ਨੂੰ ਮੇਰੀ ਗੱਲ ਸੁਣ ਮੈਂ ਘਰੇ ਆਣਾ ਕੱਪੜੇ ਬਦਲ ਕੇ ਆਉਣਾ ਤੇ ਫਿਰ ਆਪਾਂ ਜਿਹੜਾ ਆਟਾ ਪਿਆਉਣਾ ਉਹ ਵੀ ਪਿਆ ਲੈਣੇ ਆ ਤੇ ਮਿੱਟੀ ਵੀ ਲਿਆਉਣੇ ਆ ਠੀਕ ਹੈ ਚੱਲ ਆ ਗਿਆ ਛੇਤੀ ਆ ਜੀ ਆ ਜਾਣਾ ਤੇ ਨਾਲੇ ਦਾਰੂ ਦੂਰੂ ਪਾਈਏ ਕਿ ਨਹੀਂ ਪਾਈਏ ਪਾਈ ਪੀਏ ਸਾਰਾ ਕੁਝ ਕਰਿਆ ਪਰ ਮੇਰੀ ਤਾਂ ਅੱਡੀ ਕੱਢਦੀ ਆ ਗਿਆ ਮੈਂ ਕੱਪੜੇ ਬਦਲ ਕੇ ਚੰਗਾ ਜੀ ਆ ਦਾਰੂ ਦੇ ਨਾਲ ਤਾਂ ਉਹਦੇ ਪਹਿਲਾਂ ਦਾਰੂ ਦੀ ਹੋ ਗਈ ਹੋਰ ਚੀਜ਼ ਦੀ ਨਹੀਂ ਵੀ ਕੰਮ ਤਾਂ ਕੀ ਕਰਾਉਣਾ ਸੀ ਦਾਰੂ ਦੀ ਹੋ ਗਈ ਚੱਲ ਕੋਈ ਨਾ ਪੀ ਲੈਣਗੇ ਦਾਰੂ ਤਾਂ ਪਿਆਵਾਂਗੀ ਭੈਣ ਦਾ ਵੀਰਾ ਉਹ ਛੋੜਾ ਉਰੇ ਆ ਰਿਸ਼ਤੇਦਾਰ ਦਾ ਕੰਮ ਨਿਬੜ ਗਿਆ ਹਾਂ ਰੇਤਾ ਸਿਆ ਤਾ ਬਾਪੂ ਤੇ ਪੀਣਾ ਪੀਣਾ ਬਸ ਚੱਕ ਲਿਆ ਉਹਨੇ ਚੱਕ ਕੇ ਲਿਆ ਕੇ ਆਟਾ ਚੱਕ ਲਿਆ ਬਦਲ ਜਾ ਕੇ ਹਾਂ ਠੀਕ ਹੈ ਠੀਕ ਹੈ ਬਾਪੂ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਸੀ ਪੈਲਸ ਕਿਹੜਾ ਬੁੱਕ ਕਰਾਇਆ ਪੈਲਸ ਕਾਹਦੇ ਵਾਸਤੇ ਹੁਣ ਵਿਆਹ ਨਹੀਂ ਕਰਾਂਗੇ ਉਹ ਬਹੁਤ ਤੇਰੇ ਛੇਰਾ ਬਹੁਤ ਤੇਰੇ ਛੇਰਾ ਪੈਸਾ ਪੂਸਾ ਕੋਈ ਨਹੀਂ ਪਿਆ ਕਹਿੰਦਾ ਮੈਂ ਤਾਂ ਆਪਣੇ ਘਰੇ ਕਰੂੰਗਾ ਆਹ 2 ਕਿੱਲਿਆਂ ਦਾ ਬਾਗਲ ਮਾਰਿਆ ਪਿਆ ਇਹ ਕਾਹਦੇ ਵਾਸਤੇ ਮਾਰਿਆ ਬਾਪੂ ਕਰ ਲੈਂਦਾ ਪੈਲਸ ਤਾਂ ਬੇਇੱਜ਼ਤੀ ਹੈ ਜਿਹੜਾ ਆਪਣੀ ਬੇਇੱਜ਼ਤੀ ਇਹਨਾਂ ਗੱਲਾਂ 'ਚ ਨਾ ਲੋਕ ਬੇਇੱਜ਼ਤੀ ਬੇਇੱਜ਼ਤੀ ਜਾਪਦਾ ਧੁੱਕਾ ਚੌੜ ਕਰਾ ਦਿੰਦੇ ਨੇ ਚੱਕ ਲਿਆ ਕੰਮ ਨਮੇਰ ਤੂੰ ਇਹ ਜਿਹੀਆਂ ਗੱਲਾਂ ਚ ਨਾ ਫੂਕ ਪੁਣੇ ਜਾ ਤੇ ਨਾ ਮੇਰੇ ਕੋਲ ਫੂਕ ਪੁਣੇ ਹੈਗੇ ਨੇ ਕੋਈ ਨਾ ਤਾਂ ਮੈਂ ਹੱਥ ਨੇ ਚੱਕ ਕੇ ਲਿਆਉਂ ਤੇਰਾ ਤਾਂ ਮੈਂ ਕਟਿੰਗ ਕਰਾ ਕਰਨਾ ਮਾਨਸਾ ਚੱਲ ਅੱਛਾ ਮਾਨਸਾ ਕਿਹੜੇ ਉਹ ਵੀ ਉਹ ਯਾਰ ਤੂੰ ਆ ਮੈਂ ਤਾਂ ਅੱਜ ਹਿਸਾਬ ਨਹੀਂ ਕਰੂੰਗਾ ਫਿਰ ਤੈਨੂੰ ਪਤਾ ਹੀ ਆ ਕਟਿੰਗ ਚਲੋ ਕਟਿੰਗ ਕੁਟਿੰਗ ਮਾਨਸਾ ਲੈ ਇਹ ਨਾ ਕੀ ਹੋਇਆ ਕਿ ਕਿਹੜੀ ਹਵਾ ਚ ਨੇ ਇਹ ਮੈਨੂੰ ਸਮਝ ਤੋਂ ਬਾਹਰ ਆ ਗੱਲ ਨਹੀਂ ਕੀ ਕਰੀ ਜਾਂਦੇ ਨੇ ਚਲੋ ਤੁਹਾਨੂੰ ਕੁਛ ਨਾ ਕੁਛ ਕਰਨੇ ਕੀ ਆਪ ਦੀ ਸੂਪ ਹੈ ਇਹ ਕਰ ਲੈਂਦੇ ਉਹ ਯਾਰ ਇੰਨਾ ਕੁ ਤਾਂ ਚੱਲ ਦੇਖੀ ਹੋਏ ਬੜਾ ਵੀ ਨਹੀਂ ਹੁਣ ਚੱਲ ਲਾ ਜਿੰਨਾ ਕੁ ਚੱਲਦਾ ਉਨਾ ਕੀ ਚਲਾ ਲੈ ਮਰਦਾ ਬਾਹਰ ਜਾ ਗੱਲਾਂ ਤੋਂ ਅੱਜ ਤਾਂ ਨਾ ਵਿਹੜਾ ਭਰਿਆ ਭਰਿਆ ਲੱਗੂਗਾ ਅੱਛਾ ਹਾਂ ਗਗਨ ਵੀ ਆਉਂਦੀ ਆ ਬਸ ਰੌਣਕਾਂ ਲਾ ਦੇਣੀਆਂ ਉਹਨੇ ਤਾਂ ਬਸ ਅੱਛਾ ਮੇਰੀ ਵੱਡੀ ਭੈਣ ਆਉਂਦੀ ਆ ਭਾਬੀ ਫਿਰ ਅੱਜ ਤਾਂ ਅੱਜ ਤਾਂ ਬਸ ਨਾ ਮਜ਼ਾ ਹੀ ਆ ਜਾਊਗਾ ਨਾਲੇ ਤਾਈ ਵੀ ਆ ਜੇ ਨਾ ਜਿਹੜੇ ਕੰਮ ਅੱਜ ਤਾਈ ਨੇ ਗੇੜੇ ਨਹੀਂ ਮਾਰਿਆ ਕੀ ਕਰੀ ਜਾਣੀ ਅਨੰਦ ਭਰਜਾਈ ਮੱਥਾ ਟੇਕਦੀ ਆ ਤਾਈ ਜੀ ਸਤਿ ਸ੍ਰੀ ਅਕਾਲ ਹੋਰ ਕੀ ਬਣਾਈ ਜਾਂਦੇ ਹੋ ਠੀਕ ਆ ਵਧੀਆ ਸਬਜ਼ੀ ਕੱਟੀ ਆਨੇ ਆ ਤੇ ਨਾਲੇ ਮੈਂ ਸੁਨੂੰ ਐ ਪੁੱਛਦੀ ਸੀ ਤੇ ਚੁੱਲ੍ਹੇ ਚਾਲੇ ਸਾਰੇ ਤਿਆਰ ਕਰਤੇ ਪੋਚਾ ਪੂਚਾ ਦੇਤਾ ਪਾਂਡੋ ਦਾ ਹਾਂ ਤਾਈ ਜੀ ਕੈਲੋ ਤਾਈ ਦੇਗੀ ਪੋਚਾ ਤਾਂ ਅੱਛਾ ਕੈਲੋ ਆ ਗਈ ਸੀ ਹਾਂਜੀ ਹਾਂਜੀ ਆ ਗਈ ਪਾ ਕੇ ਤਾਂ ਉਹਦੀ ਨੂੰ ਗਈ ਸੀ ਫਿਰ ਕੈਲੋ ਦੇਗੀ ਪੋਚਾ ਪੂਚਾ ਉਹ ਫਿਰ ਤੁਹਾਨੂੰ ਪਤਾ ਹੀ ਐ ਅੱਛੀ ਖੋਰੀ ਵਾਲੀ ਐ ਅੱਛਾ ਅੰਦਰ ਤਰਾਂਦੀਆਂ ਬੱਦਲ ਵਾਲੇ ਤੋਂ ਬਸ ਅੰਦਰ ਤਰਾਤੇ ਜੀ ਹਾਂ ਤੇ ਹੋਰ ਦੱਸੋ ਅੱਜ ਤੂੰ ਹੁਣ ਗੇੜਾ ਮਾਰਿਆ ਤੜਕੇ ਦੀ ਆਈ ਨਹੀਂ ਮਾਏ ਨਾ ਪੁੱਤ ਅੱਜ ਘਰੇ ਉੱਜ ਗਈ ਅੱਛਾ ਕੰਮ ਜੇ ਪਏ ਸੀ ਥੋੜੇ ਜੇ ਹੁਣ ਤਾਂ ਤੂੰ ਇੱਧਰ ਹੀ ਰਿਹਾ ਕਰ ਨਾ ਕੋਈ ਨਹੀਂ ਮੈਂ ਇੱਧਰ ਹੀ ਰਹੂੰ ਪੁੱਤ ਸਾਡੇ ਬਿਨਾ ਕਹੀ ਤੈਨੂੰ ਵੀ ਵਧਾਈਆਂ
ਜਵਾਕ ਤਾਂ ਠੀਕ ਹੈ ਨੀ ਤਾਈ, ਤੁਸੀਂ ਦੱਸੋ ਰੌਣਕਾਂ ਲਾਈਆਂ ਹੋਈਆਂ ਸੀ? ਜਵਾਕਾਂ ਨੂੰ ਕਹਿੰਦੀ ਕੱਲ ਮੁਕੱਲੀ ਆ ਗਈ, ਮੈਂ ਤਾਂ ਉਹਨਾਂ ਨੂੰ ਐ ਕਹਿ ਕੇ ਆਈ ਆ ਕੱਲ ਨੂੰ ਐਤਵਾਰ, ਤੇ ਤੇਰੇ ਬਾਈ ਨੂੰ ਆਖਿਆ ਮੈਂ ਤੁਸੀਂ ਲੈ ਕੇ ਆ ਜਾਓ ਜਵਾਕਾਂ ਨੂੰ ਕੱਲ ਨੂੰ, ਮੈਂ ਤਾਂ 2 ਦਿਨ ਚੱਲੀ, ਕਹਿੰਦਾ ਹਜੇ ਵਿਆਹ ਤੇ ਇੰਨੇ ਦਿਨ ਪਏ ਆ, ਇਹ ਪਹਿਲੀ 2 �ਦਿਨ ਚੱਲੀ, ਮੈਂ ਤਾਂ ਗੱਪ ਸੜਪ ਮਾਰਤੇ, ਮੈਂ ਕੱਪੜੇ ਖਰੀਦਣੇ ਆ, ਉਹ ਕਹਿੰਦੇ ਤੂੰ ਵੀ ਆ ਜਾ, ਐਂ ਕਰਨਾ ਬਹੁਤ ਕਰਨਾ, ਮੈਂ ਤਾਂ ਠਾ ਵੱਜੀ ਮੈਥੋਂ ਤਾਂ ਚਾਹ ਚੱਕਿਆ। ਜਿਹੜਾ ਪੁੱਤ ਪਹਿਲਾਂ ਵਾਲਾ ਵਿਆਹ ਹੁੰਦਾ ਉਹ ਉਦੋਂ ਵਧੀਆ ਦੇਖਣ ਵਾਲਾ ਹੁੰਦਾ, ਮਗਰ ਉਹ ਤਾਂ ਦੇਖ ਆਪਾਂ ਦੇਖਦੀ ਆ ਸਾਰੇ। ਸਹੀ ਗੱਲ ਆਏ ਆ ਤਾਈ, ਹੁਣ ਦੇ ਲਹਿਪੀ ਵੀ ਵਿਆਹ ਗਿਆ, ਮੈਂ ਵੀ ਵਿਆਹੀ ਗਈ, ਰਹਿ ਗਈ ਸੀ ਇਹ, ਨਾਲੇ ਤਾਂ ਸਾਡਾ ਪਿਛਲਾ ਜਿਹਾ ਵਿਆਹ, ਨਾਲੇ ਪਹਿਲੇ ਵਰਗਾ ਲੱਗਦਾ, ਪਹਿਲਿਆਂ ਵਰਗਾ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਲਾਂਗੇ। ਜਦੋਂ ਨਾਲੇ ਤੁਸੀਂ ਬੈਠੇ ਹੋ ਸਾਰਾ ਆਪਣਾ ਸਰੀਕਾ ਕਬੀਲਾ, ਫਿਰ ਸਾਨੂੰ ਫਿਕਰ ਕਰਨ ਦੀ ਕੀ ਲੋੜ, ਅਸੀਂ ਤਾਂ ਢੋਲੇ ਦੀਆਂ ਲੋੜ, ਅਸੀਂ ਤਾਂ ਪੁੱਤ ਮੱਤ ਦੇਣ ਵਾਲੀਆਂ, ਹੁਣ ਸਾਡੇ ਹੁੰਦਾ ਨੀ ਉਹਨਾਂ ਨੀ ਭੈਣੇ, ਚੁੱਲੇ ਚਾਲੇ ਡਰਾ ਲੈ, ਕਰ ਲਿਆ ਕੰਮ ਤਾਈ, ਕਹਿ ਕੇ ਸਾਰੇ ਅੰਦਰ ਸਾਂਭਤੇ, ਕਹਿੰਦੇ ਤੈਨੂੰ ਪਤਾ ਪਹਿਲਾਂ ਗੱਲਾਂ ਕਰ ਲੈਣੇ ਹੁੰਦੇ, ਚਾਹਾਂ ਚੂਹਾ ਤਾਂ ਹੁਣ ਇੱਥੇ ਪੀਣੀਆਂ ਲੱਡੂਆਂ, ਕੋਈ ਗਾਣਾ ਗੁਣਾ ਵੀ ਸੁਣਾ ਦਿਓ ਤੁਸੀਂ, ਆਨੰਦ ਭਜਾਈ ਗਾਉਂਗੀਆਂ ਤੇ ਮੇਰੇ ਨਾਲ ਗਾਵੇਗੀ? ਮੈਂ ਤਾਂ ਆਪ ਕਹਿਤਾ ਮੈਂ ਕੱਲ ਨੂੰ ਇਹਨੂੰ ਮਾਈਆਂ ਬਿਠਾਉਣਗੇ, ਮੈਂ ਕੱਲ ਨੂੰ ਆਥਣ ਨੂੰ ਕਿਤੇ ਆਉਣਗੀਆਂ ਸਾਰੀਆਂ ਦੋਹੇ ਲਾਉਣ ਵਾਲੀਆਂ, ਆਪਾਂ ਤਾਂ ਉਦੋਂ ਪਹਿਲਾਂ ਅੱਜ ਹੀ ਲਾ ਲੈਂਦੇ ਹਾਂ 2-4 ਗਾਣੇ, ਮੇਰਾ ਕੀ ਪਤਾ ਜੇ ਤਾਂ ਫੋਨ ਕਰਤਾ ਕੱਲ ਨੂੰ ਆਊਗਾ ਹੁਣ ਐਤਵਾਰ ਨੂੰ ਜਵਾਕਾਂ ਨੂੰ ਲੈ ਕੇ, ਜੇ ਨਾ ਆਇਆ ਫਿਰ ਮੈਨੂੰ ਤਾਂ ਮੁੜਨਾ ਹੀ ਪਊਗਾ। ਅੱਛਾ ਪੁੱਤ ਮੁੜੇਗੀ ਕਿਹੜਾ? ਤਾਈ ਹੋਰ ਮੁੜੂਗੀ, ਵਿਆਹ ਦੀ ਤਿਆਰੀ ਕਰੂੰਗੀ ਉੱਥੇ, ਮੈਂ ਤਾਂ ਇੱਥੋਂ ਵਾਲੀ ਰੌਣਕ ਦੇਖ ਜਾਵਾਂ, ਨਾਲੇ ਤਾਂ ਮੈਂ ਭਾਬੀ ਦੇ ਕੱਪੜੇ ਲੀੜੇ ਦੇਖ ਲੂੰਗੀ, ਤੇ ਨਾਲੇ ਮੈਂ ਜਿਹੜੇ ਮੇਰੇ ਸੂਟ ਇੱਥੇ ਵਾਲੇ ਹੈਗੇ ਉਹਨਾਂ ਨੂੰ ਦੇਖ ਜੂੰਗੀ, ਜੇ ਉਹਨਾਂ ਚ ਕੋਈ ਸੋਹਣਾ ਹੋਇਆ ਨਹੀਂ ਉਹ ਜਿਹਾ ਮੈਂ ਲੈ ਲੂੰਗੀ। ਚੱਲ ਵਧੀਆ, ਸੂਟ ਹੀ ਇੱਥੇ ਸਮਾ ਦਾਂਗੇ, ਕਿਉਂ ਮੈਂ ਗੇੜੇ ਲਾਈ ਜਾਂਦੀ ਆ? ਆਹੋ ਸੱਚ, ਦਰਜੀ ਨੂੰ ਕਹਿਤਾ ਸੀ ਭਾਈ ਦਰਜੀ ਨੂੰ ਬਿਠਾਉਣਾ ਸੀ, ਹੋਣਾ ਕਿੰਨੇ ਦਿਨ ਵਿਆਹ 'ਚ ਰਹਿ ਗਿਆ ਕਿ ਘਰੇ ਬੈਠਾ ਦਰਜੀ ਦਾ ਆਪਣਾ? ਅੱਛਾ ਅੱਛਾ, ਫਿਰ ਤਾਂ ਚੱਲ ਕੋਈ ਗੱਲ ਨੀ, ਤਾਈ ਉਧਰ ਬੈਠਾ ਲੈ। ਹਾਂ ਹਾਂ ਚੱਲ ਕੋਈ ਨਾ, ਉਧਰ ਨਾਲੇ ਆਇਆ ਆਪਣੀ ਗਲੀ ਦੇ ਵਾਲੀ ਬੈਠ ਕੇ ਕੋਈ ਆਉਂਦਾ ਜਾਂਦਾ ਨਹੀਂ, ਆਉਂਦਾ ਜਾਂਦਾ ਨਹੀਂ ਨਾ, ਪਹਿਲਾਂ ਚਿੱਤੇ ਜੇ ਹੋ ਕੇ ਸਿਉਂਦੇ ਹੁੰਦੇ ਆ। ਹਾਂ ਹਾਂ ਚੱਲ ਵਧੀਆ ਹੋ ਗਿਆ। ਹਾਂ ਕਹਿੰਦੇ ਹੁੰਦੇ ਆ ਤਾਈ ਬਿਹਾਰ ਤਾਂ ਹੁਣ ਲੋਕ ਭੁੱਲੀ ਗਏ ਵੀ ਦਰਜੀ ਬਿਠਾਉਣਾ, ਐ ਕਰਨਾ ਬਹੁ ਕਰਨਾ, ਕੜਾਈਆਂ ਕੱਪੇ, ਹੁਣ ਤਾਂ ਉਹਦੀ ਕੰਮ ਚੱਕਟ ਕਰਦੇ ਆ, ਸਾਰੇ ਪ੍ਰਾਣੀ ਵਰਤੇ ਆ ਭਾਈ। ਸ਼ੌਂਕ ਸੀ ਜਦੋਂ ਮੇਰੇ ਵਿਆਹ ਵੇਲੇ ਵਰਤਿਆ, ਹੈਪੀ ਦੇ ਵਿਆਹ ਵੇਲੇ ਵਰਤਿਆ, ਹੁਣ ਕਿਹੜਾ ਨਵਾਂ ਰਿਵਾਜ ਚਲਾਉਣਾ ਸੀਗਾ, ਨਾਲੇ ਭਾਈ ਨਵੇਂ ਰਿਵਾਜ ਚ ਮਜ਼ਾ ਜਾ ਨਹੀਂ ਆਉਂਦਾ। ਮੈਂ ਤਾਂ ਭੈਣੇ 2 ਸੱਜ ਲਿਆਂਦੇ, ਮਹਾ ਜੇ ਨਾਨਕੀਆਂ ਜਿੰਨਾ ਚਿਰ ਥੱਕਦੀਆਂ ਨੀ, ਮੈਂ ਕਿਹਾ ਉਨਾ ਚਿਰ ਸੱਜ ਕਟਾਈ ਜਾਣਾ ਨੀ, ਉਹਨਾਂ ਨੂੰ ਪਿਉਂਦਾ ਗਿਆ ਆਪਾਂ ਸੱਜ ਨੂੰ ਪਹਿਲੇ, ਨਾ ਟੁੱਟਣਾ ਨਾ ਕਿਹੜਾ ਸੁੱਟਣਾ, ਸਾਰੀ ਰਾਤ ਤੋੜਨਗੀਆਂ। ਨੀ ਕੋਈ ਇੱਕ ਅੱਧਾ ਦੋਹਾ ਲਾ ਲਓ ਨੀ, ਮੈਨੂੰ ਉਹ ਬਾਹਲਾ ਸੋਹਣਾ ਲੱਗਦਾ, ਮੇਰੇ ਵਿਆਹ ਵੇਲੇ ਆਪਣੇ ਚਾਚੀ ਤੇਰੀਆਂ ਕੁੜੀਆਂ ਗਾਉਂਦੀਆਂ ਸੀ ਨਾ, ਉਹ ਮੋਰਾਂ ਨੇ ਪਹਿਲਾਂ ਪਾ ਲਈ, ਆਉਂਦਾ ਤੈਨੂੰ? ਇੱਧਰ ਆਵਾਂ ਕਿ ਇੱਥੇ ਗਾਲਾ? ਇਹੀ ਗਾਲਾ, ਚੱਲ ਗਾਲਾ। ਮੋਰਾਂ ਨੇ ਪਹਿਲਾਂ ਪਾ ਲਈਆਂ ਬਾਬਲੀ ਚਾਮੀ ਚਾਮੀ ਰੋਵੇ, ਤੂੰ ਪਿਓ ਰੋਵੇ ਬਾਬਲਾ ਤੀਆਂ ਤਨ ਵੇ ਪੁਰਾਏ, ਤੀਆਂ ਦੀ ਬੇਨਤੀ ਸੀ ਸਾਨੂੰ ਦੂਰ ਨਾ ਵਿਆਹਿਓ, ਦੂਰਾਂ ਦੇ ਪਰਮਿਟ ਦੂਰ ਜੀ ਸਾਤੋਂ ਮਿਲਿਆ ਨਾ ਜਾਵੇ। ਭਾਬੀ ਤੁਸੀਂ ਵੀ ਸੁਣਾ ਦੋ, ਫੋਨ ਗਾਉਂਦੀ ਮੈਂ ਤਾਂ ਨਾ ਤਾਈ ਨੂੰ ਪੁੱਛੋ, ਜਿਹਦੇ ਪਿੰਡ ਚ ਵਿਆਹ ਹੁੰਦਾ ਤੇ ਦੋਹਾਂ ਤੇ ਬਿਠਾਉਂਦੇ, ਮੈਂ ਤਾਂ ਠਾ ਵੱਜਦੀ, ਮੈਂ ਤਾਂ ਬਾਹਲਾ ਸ਼ੌਕ ਸੀ ਸਾਨੂੰ ਤਾਂ, ਮਾਵਾਂ ਧੀਆਂ ਨੂੰ ਬਾਹਲੇ ਆਉਂਦੇ ਸੀ। ਹਾਂ ਸਹੀ, ਕਮਾਂਡ ਚ ਤਾਈਓ ਤੇਰਾ ਨਾਂ ਬਾਹਲਾ ਮਸ਼ਹੂਰ ਹੈ। ਦੇਖ ਉਹ ਕਹਿੰਦੇ ਹੁੰਦੇ ਧੀਆਂ ਦੇ ਵਿਆਹ ਚ ਤਾਂ ਧੀਆਂ ਵਾਲੇ ਦੋਹੇ ਲਾਉਂਦੇ, ਮੈਂ ਤਾਂ ਕਿਸੇ ਦੇ ਵਿਆਹ ਚ ਜਾ ਕੇ ਨਾ ਕੁੜੀ ਦੇ ਮੁੰਡੇ ਵਾਲੇ ਦੋਹੇ ਉਹ ਲਾ ਦਿੰਦੀ ਤਾਈ, ਮੈਂ ਤਾਂ ਉਹ ਕੀ ਕਹਿੰਦੇ ਹੁੰਦੇ ਆ ਕੋਈ ਨਾ ਪੀ ਲਾਂਗੇ ਚਾਹਾਂ ਵੀ, ਬੋਲੀ ਤਾਂ ਲਾਜ਼ਮੀ ਪਾਵਾਂਗੇ, ਪੱਪੜ ਪੱਪੜ ਪੈ ਪੈ। ਹਾਂ ਉਹ ਭਾਬੀ ਨੂੰ ਆਉਂਦੀ ਹਰੇਕ ਦੇ ਵਿਆਹ ਚ, ਉਹਦੀ ਕੱਛਾ ਗਲਾਉਣ ਲੱਗ ਗਿਆ ਸੀ ਤਾਂ। ਕਾਹੇ ਨੂੰ ਪਾਇਆ ਬੈਠ ਕਾਹੇ ਰੱਖਿਆ ਸੀ ਵੇੜਾ, ਨੌਕਰਾ
बसने नू पाया बैठिका तेरे कतने नू बेड़ा गोरिये तेरे कतने नू बेड़ा मगरी की आ गई बापू तो आप ही फुड़के पा लेंदा अंदर बह गया हुण जाके बस अंदर बैठ गया चल भज दौड़ो चलो मैं आ गई बस हां बस मैं रेपी नूं कहंदी आ चल आ जा तुसीं तां चलो मैं तां काली काली तुहाडे नाल ही रल जूंगी चल ठीक है दो बाटिया के फुड़के जग च ना उ फड़ाया हूं बस मैं हूं पा क्योंकि जेड़ा काम टाइम टाइम से हो जाए ना वो फिर कल मैं भी मुड़ना अज टूमा टक के हाथ च करके नाले मैं देख जूंगी शाम तो लोगे आके कुड़े मेरा तो तू दिमाग ही चकता मैं तो पुन्नी भी भूल गई चल कोई ना चंगा आ जा दीदी हुण चलिए भाभी की करन लगी तुस तो टाइम ही इन्ना लाता ले अके भाभी की कर लग गई सानू केड़ा फिकर नहीं गा चलदे चलदे आ बापू ना बही दिंदा सी कहंदा जेड़े सुनहरे दे पैसे पूसे रहंदे ओ इत्थे लिखा लिया आपदे कोल तगड़ा लिख लैंदा हुंदा तैनू नहीं पता ए ब्याहां दा कम बड़ा हुंदा गा आउंदी आ भाभी ले हुण हैप्पी अच्छा हैप्पी गड्डी लैण वग्या हैप्पी गड्डी लैण वग्या ओ कहंदा ना तुसी गेट निकलो मैं गड्डी लैके उधर ले परले गेट विच दी आउंदा चंगा चल फिर भाभी जी आ जा भाई हैप्पी गड्डी लैण गया बापू ने कहा 4 बजे नु मुड़े आयो नहीं आ जा रैंपी आपां तां उन्ना चिर गड्डी च बैठवे भाभी तो वागी जान सारा के पशुआं विच बड़गी जाके चल कोई ना तू ऐ कर एदे विच टुम्मा कुड़ गया तेरे सहुरे दीआं सारीआं देणे लै लैणीआं नूं चंगी तरह संभाल दे ते जिहड़ी आ बही आ हना इहनूं विच रख दे संदूक दे ब्याह तों बाद ही कढांगे मैं कोई कम लिया हुण सांभ दिंदी आ परसों एड्डी की गल आ चल मैं जाके इधर करा ला होर तारा धप्पियां दा भी सारा काम हुंदा ही आ ओहो किन्नी गर्मी आ ओहो पता ना थक गई मैं तां कुट चाह दी पी के आउणी आ दीदी तां ना ओही कही जांदी आ आ सामदे सामदे आ फेर सामूंगी सारा कुछ मैं तां जानी आ चाह पी के यार मेरी जाट जी पता नहीं किथे रख गई मैं तपाते आ पी गया जेड़ा कोई जी है नी गा पाई रखो दस मैं इत्थे किन्ने क देना है फिर तुसी सारा कपड़ा लत्ता कासे च बन के रख लिया करो वो भी आके आए कर दियो भी आ कुड़ी जी नु आख्या सीगा भी कोई समान सप्पा सांभ दे लै फोड़ भी इत्थे मचा गई है जी चल कोई ना वही मन से इधर सांभे बापू फिर मैनू कह दिंदा हुंदा सांभ के नहीं रखदे कोई चीज और मैं जिम्मेवार इत्थे घरे भाभी बेचारी उलझी रहती है अगला पार्ट जरूर बनावांगे धन्यवाद जी।